ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਾਲ ਕੁਝ ਲੋਕਾਂ ਨੇ ਧੱਕਾ ਮੁੱਕੀ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰੇ ਗੱਲ ਹੈ ਕਿ ਉਹਨਾਂ ਤੇ ਹਮਲਾ ਉਸ ਸਮੇਂ ਹੋਇਆ ਜਦੋਂ ਇੱਕ ਨਿੱਜੀ ਚੈਨਲ ਦਾ ਪ੍ਰੋਗਰਾਮ ਅੱਜ ਦਾ ਮੁੱਦਾ ਕਰਕੇ ਸਟੂਡੀਓ ਚੋਂ ਬਾਹਰ ਨਿਕਲੇ ਸਨ। ਇਸ ਮੌਕੇ ਮਨਜੀਤ ਸਿੰਘ ਜੀ ਕੇ ਦੇ ਭਰਾ ਤੇ ਭਰਜਾਈ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਹਮਲੇ ਬਾਰੇ ਮਨਜੀਤ ਸਿੰਘ ਜੀ ਕੇ ਨੇ ਦੱਸਿਆ ਕਿ ਸਟੂਡੀਓ ਤੋਂ ਬਾਹਰ ਨਿਕਲਣ ਸਮੇਂ ਤਕਰੀਬਨ 7 ਤੋਂ 8 ਨੌਜਵਾਨਾਂ ਵੱਲੋਂ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਗਈਆਂ ਤੇ ਉਹਨਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਨਸ਼ੇ ਦੀ ਹਾਲਤ ਵੀ ਸਨ ਤੇ ਹਮਲਾ ਕਰਨ ਵਾਲਿਆਂ ਵਿੱਚ 1-2 ਸਿੱਖ ਨੌਜਵਾਨ ਵੀ ਸ਼ਾਮਿਲ ਸਨ। ਉਹ ਵੱਡੇ ਬਹਾਦਰੋ, ਤੁਹਾਡੇ ਸ਼ਹਿਰ ਚ ਆਇਆ ਨਾ, ਤੁਹਾਡੇ ਸ਼ਹਿਰ ਚ ਆਇਆ, ਫੜੋ ਮੈਨੂੰ ਹੱਥ ਲਾ, ਤੈਨੂੰ ਮੈਂ ਦੱਸਾਂ, ਤੂੰ ਮੈਨੂੰ ਕੱਲੇ ਨੂੰ ਘੇਰਦਾ, ਤੁਸੀਂ ਪੰਜ ਬੰਦੇ ਆਉਂਦੇ ਹੋ, ਤੁਹਾਨੂੰ ਮੈਂ ਦੱਸਾਂ ਮੁੱਦਾ ਕਰਕੇ ਨਿਕਲਿਆ। 7-8 ਬੰਦਿਆਂ ਨੇ ਮੇਰੇ 'ਤੇ ਹਮਲਾ ਕੀਤਾ, ਮੇਰੇ ਨਾਲ ਮੇਰਾ ਛੋਟਾ ਭਰਾ ਇੰਦਰਜੀਤ ਸਿੰਘ ਔਰ ਉਹਦੀ ਵਾਈਫ ਸੀਗੇ, ਉਹਨਾਂ ਨਾਲ ਬਦਸਲੂਕੀ ਕੀਤੀ, ਬਦਤਮੀਜ਼ੀ ਕੀਤੀ, ਮੇਰੇ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਮੂੰਹ ਤੋੜ ਕੇ ਉਹਨਾਂ ਨੂੰ ਜਵਾਬ ਦਿੱਤੇ ਨੇ। ਇਹ 7-8 ਬੰਦੇ ਗਿੱਦੜ ਭੱਬਕੀਆਂ ਦੇਣ ਵਾਸਤੇ ਮੈਨੂੰ ਆਏ, ਮੈਂ ਇਹਨਾਂ ਗਿੱਦੜ ਭੱਬਕੀਆਂ ਤੋਂ ਡਰਦਾ ਨਹੀਂ। ਔਰ ਕੱਲ੍ਹ ਜਿੱਥੇ ਮੱਖਣ ਸ਼ਾਹ ਲਵਾਣਾ ਜੀ ਦਾ ਪ੍ਰੋਗਰਾਮ ਸੀਗਾ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਦ ਲਿਖਣ ਦੀ ਕੋਸ਼ਿਸ਼ ਕੀਤੀ, ਸੰਗਤ ਨੇ ਭਜਾਇਆ ਇਹਨਾਂ ਨੂੰ। ਮੈਂ ਸਮਝਦਾ ਵਾਂ ਕਿ ਅਗਰ ਤੁਸੀਂ ਕੋਈ ਡਿਬੇਟ ਕਰਨਾ ਚਾਹੁੰਦੇ ਹੋ ਜਿੱਥੇ ਮੇਰੇ 'ਤੇ ਨਾਲ ਮਰਜ਼ੀ ਆ ਜਾਓ, ਮੇਰੇ 'ਤੇ ਇਸ ਤੋਂ ਪਹਿਲੇ ਕਈ ਵਾਰੀ ਹਮਲੇ ਹੋ ਚੁੱਕੇ ਨੇ, 90-90 ਬੰਦੇ ਕਿਰਪਾਨਾਂ ਮਾਰਦੇ ਰਹੇ, ਮੇਰੇ ਪਿਤਾ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ, ਮੈਂ ਛਾਤੀ ਚੌੜੀ ਕਰਕੇ ਖੜ੍ਹਾ ਵਾਂ ਨਿਊਯਾਰਕ ਦੇ ਵਿੱਚ। ਇਸ ਵੇਲੇ ਵੀ ਅੱਧੀ ਰਾਤ ਵੇਲੇ ਆਓ, ਤੁਸੀਂ ਦੱਸੋ ਕਿੱਥੇ ਆਉਂਦੇ ਹੋ, ਗੋਲੀ ਜਿਹੜੀ ਮਾਰਨੀ ਹੈ ਮੈਨੂੰ ਮਾਰੋ, ਆਵਾਜ਼ ਨਹੀਂ ਬੰਦ ਕਰ ਸਕੋਗੇ। ਕੌਮ ਵਾਸਤੇ ਲੜਦਾ ਵਾਂ, ਕੌਮ ਵਾਸਤੇ ਲੜਾਂਗਾ, ਔਰ ਤੁਹਾਡੇ ਵਰਗੇ ਗਿੱਦੜਾਂ ਨੂੰ ਮੈਂ ਸਮਝਦਾ ਵਾਂ ਇਹਨਾਂ ਦੀ ਜਗ੍ਹਾ ਦਿਖਾਉਣੀ ਜ਼ਰੂਰੀ ਹੈ। ਤੁਸੀਂ ਉਹ ਲੋਕ ਹੋ ਜਿਹੜੇ ਬੇਅੰਤ ਸਿੰਘ ਨੇ ਤੁਹਾਨੂੰ ਇੱਥੋਂ ਦੀ ਭਜਾਇਆ ਸੀਗਾ, ਤੁਸੀਂ ਉਹ ਆਪਣੇ ਆਪ ਨੂੰ ਜਿਹੜੇ ਖਾਲਿਸਤਾਨੀ ਕਹਿੰਦੇ ਹੋ ਨਾ, ਤੁਹਾਨੂੰ ਬੇਅੰਤ ਸਿੰਘ ਨੇ ਉੱਥੋਂ ਕੱਢਿਆ ਸੀ ਜਿਹਦੇ ਤੁਸੀਂ ਛੋਲੇ ਗਾਉਂਦੇ ਹੋ, ਤੁਸੀਂ ਉਹ ਖਾਲਿਸਤਾਨੀ ਹੋ ਜਿਹੜਾ ਬੇਅੰਤ ਸਿੰਘ ਦੇ ਪੋਤਰੇ ਨੂੰ MP ਨੂੰ ਅਨੰਦਪੁਰ ਦੇ ਵਿੱਚ ਸਿਰੋਪੇ ਦਿੰਦੇ ਹੋ, ਤੁਸੀਂ ਉਹ ਖਾਲਿਸਤਾਨੀ ਹੋ ਜਿਹੜੇ ਬਾਹਰਲੇ ਦੇਸ਼ਾਂ ਤੋਂ ਪੈਸੇ ਲੈਂਦੇ ਹੋ। ਤੁਸੀਂ ਮੇਰੇ 'ਤੇ ਕੇਸ ਨਿਊਯਾਰਕ ਦੀ ਕੋਰਟ ਦੇ ਵਿੱਚ ਪਾਇਆ ਸੀਗਾ, ਉਸ 'ਤੇ ਵੀ ਮੂੰਹ ਭਾਂਡੇ ਤੁਸੀਂ ਡਿੱਗੇ ਸੀਗੇ। ਮੈਂ ਇਹ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੈਨੂੰ ਕਿਸੇ ਤਰੀਕੇ ਨਾਲ ਮੇਰੀ ਆਵਾਜ਼ ਨਹੀਂ ਬੰਦ ਕਰ ਸਕੋਗੇ। ਹਾਂ, ਮੇਰੀ ਜਾਨ ਜਦੋਂ ਜਾਣੀ ਹੈ, ਰੱਬ ਨੂੰ ਪਤਾ, ਤੁਹਾਡੇ ਹੱਥੋਂ ਜਾਣੀ, ਕਿਸੇ ਹੋਰ ਦੇ ਹੱਥੋਂ ਜਾਣੀ, ਲੇਕਿਨ ਆਵਾਜ਼ ਮੇਰੀ ਕੌਮ ਵਾਸਤੇ, ਪੰਥ ਵਾਸਤੇ ਹਮੇਸ਼ਾ ਬੁਲੰਦ ਰਹੇ।